ਆਪਾਂ ਇਸ ਦੇਸ਼ 'ਚ ਸਾਰੇ ਰਹਿੰਦੇ ਹਾਂ, ਆਪਾਂ ਕਿਸੇ ਕਾਨੂੰਨ ਨੂੰ ਮੰਨਦੇ ਹਾਂ ਨਾ, ਕਿਸੇ ਸੰਵਿਧਾਨ ਨੂੰ ਮੰਨਦੇ ਹਾਂ, ਚਾਹੇ ਉਹ ਪੰਜਾਬ 'ਚ ਰਹਿੰਦੇ ਹੋਵੇ, ਚਾਹੇ ਚੰਡੀਗੜ੍ਹ ਰਹਿੰਦਾ ਹੋਵੇ, ਚਾਹੇ ਦਿੱਲੀ ਰਹਿੰਦਾ ਹੋਵੇ, ਸਾਰਾ ਦੇਸ਼ ਇਸੇ ਕਾਨੂੰਨ ਸੰਵਿਧਾਨ ਨਾਲ ਚੱਲਦਾ ਨਾ। ਉਹੀ ਗੱਲ ਹਰ ਜਗ੍ਹਾ ਲਾਗੂ ਆ, ਉਹੀ ਕੋਰਟ 'ਚ ਲਾਗੂ, ਉਹੀ ਕਚਹਿਰੀ 'ਚ ਲਾਗੂ ਆ, ਉਹੀ ਵਿਧਾਨ ਸਭਾ 'ਚ, ਉਹੀ ਪਾਰਲੀਮੈਂਟ 'ਚ। ਉਹਨਾਂ ਨੇ ਇਹ ਗੱਲ ਕਹੀ ਵੀ ਭਾਈ, ਅਮਿਤ ਸ਼ਾਹ ਨੇ ਇੱਕ ਗੱਲ ਕਹੀ ਵੀ ਕੋਈ ਬੰਦਾ ਹੋਵੇ, ਉਹਨਾਂ ਨੌਂ ਤਾਂ ਲਿਆ ਨਹੀਂ ਨਾ ਕਿਸੇ ਦਾ। ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਨੂੰ ਸਜ਼ਾ ਹੋ ਗਈ, ਸੁਪਰੀਮ ਕੋਰਟ ਨੇ ਸਜ਼ਾ ਕਰਤੀ ਕਿਸੇ ਨੂੰ ਵੀ, ਚਾਹੇ ਉਹ ਕਤਲ 'ਚ ਕੀਤੀ ਹੋਵੇ, ਚਾਹੇ ਉਹ ਰੇਪ 'ਚ ਕੀਤੀ ਹੋਵੇ, ਕੁਛ ਵੀ ਆ, ਸਜ਼ਾ ਹੋ ਗਈ, ਅਤੇ ਹੁਣ ਉਹ ਤੋਂ ਮਾਫ਼ੀ ਚਾਹੁੰਦਾ ਏ। ਕੋਈ ਵੀ ਬੰਦਾ ਨਾ ਚਾਹੁੰਦਾ ਹੋਵੇ ਅਲੱਗ ਗੱਲ ਆ, ਜੇ ਉਹ ਮਾਫ਼ੀ ਚਾਹੁੰਦਾ ਏ ਵੀ ਮੈਂ ਰਾਸ਼ਟਰਪਤੀ ਦੇ ਅਪੀਲ ਕਰਾਂ ਵੀ ਮੈਨੂੰ ਮਾਫ਼ ਕਰ ਦਿੱਤਾ ਜਾਵੇ, ਵੀ ਫਿਰ ਉਹ ਬੰਦੇ ਨੂੰ ਉਹਨ ਅਪੀਲ ਆਪ ਪਾਉਣੀ ਪਊ ਨਾ। ਕਾਨੂੰਨ 'ਚ ਇਹ ਆ ਵੀ ਉਹ ਆਪ ਪਾਊਗਾ ਜਾਂ ਉਹਦੇ ਵਕੀਲ ਜਾਂ ਉਹਦਾ ਪਰਿਵਾਰ, ਇੰਨੀ ਗੱਲ ਆ। ਇਹ ਕਹਿੰਦੇ ਅਸੀਂ ਐਸ ਜੀ ਪੀ ਸੀ ਵਾਲਿਆਂ ਤੋਂ ਪਵਾਈ ਹੋਈ ਆ, ਉਹ ਕਹਿੰਦੇ ਅਸੀਂ ਇਹ ਕਾਨੂੰਨ 'ਚ ਮੰਨਣਾ ਹੀ ਕੋਈ ਨਹੀਂ ਗਾ। ਹੁਣ ਜੇ ਰਾਜੋਆਣਾ ਇਹ ਗੱਲ ਕਹਿ ਦੇਵੇ, ਸਾਤੋਂ ਮਾਫ਼ੀ ਨਾ ਮੰਗੇ, ਅਸੀਂ ਨਹੀਂ ਕਚਾਉਂਦੇ ਕਦੇ ਸਾਤੋਂ, ਸਾਡੇ ਤਾਂ 17-16 ਪਰਿਵਾਰ ਅਸੀਂ ਤਾਂ ਕੱਟ ਲਏ ਜੋ ਦਿਨ, ਸਾਨੂੰ ਪਤਾ ਸੀ ਕਿਵੇਂ ਕੱਟੇ ਆ ਬੱਚਿਆਂ ਨੇ, ਕਿਵੇਂ ਉਹਨਾਂ ਦੇ ਜਿਹੜੇ 15-16 ਜਾਣੇ ਸੀ, ਕਿਵੇਂ ਇੱਕ ਦੂਜੇ ਨਾਲ ਅਸੀਂ ਮਤਲਬ ਮੋਢੇ ਨਾਲ ਮੋਢਾ ਲਾ ਕੇ ਪਹੁੰਚੇ ਹਾਂ, ਬੱਚੇ ਜਿਨ੍ਹਾਂ ਦੇ ਛੋਟੇ ਛੋਟੇ ਬਿਲਕ ਦੇ ਗੋਦੀਆਂ 'ਚ ਛੱਡ ਗਏ ਮਾਵਾਂ ਦੇ। ਹੁਣ ਗੱਲ ਇਹ ਹੈ, ਉਹ ਇਹ ਕਹਿ ਦੇਵੇ ਮੈਂ ਕਾਨੂੰਨ ਨੂੰ ਮੰਨਦਾ ਹੈ ਬਈ, ਮੈਂ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਹੈ, ਫਿਰ ਰਾਸ਼ਟਰਪਤੀ ਦੇਖ ਲੈਣਗੇ ਵੀ ਉਹਨੂੰ ਛੱਡਣਾ ਜਾਂ ਨਹੀਂ ਛੱਡਣਾ। ਹਜੇ ਤਾਂ ਇਸ ਗੱਲ 'ਤੇ ਗੱਲ ਹੀ ਨਹੀਂ ਨਾ ਹੋ ਰਹੀ। ਆਪਾਂ ਇਸ ਦੇਸ਼ 'ਚ ਸਾਰੇ ਰਹਿੰਦੇ ਹਾਂ, ਆਪਾਂ ਕਿਸੇ ਕਾਨੂੰਨ ਨੂੰ ਮੰਨਦੇ ਹਾਂ ਨਾ, ਕਿਸੇ ਸੰਵਿਧਾਨ ਨੂੰ ਮੰਨਦੇ ਹਾਂ, ਚਾਹੇ ਉਹ ਪੰਜਾਬ 'ਚ ਰਹਿੰਦੇ ਹੋਵੇ, ਚਾਹੇ ਚੰਡੀਗੜ੍ਹ ਰਹਿੰਦਾ ਹੋਵੇ, ਚਾਹੇ ਦਿੱਲੀ ਰਹਿੰਦਾ ਹੋਵੇ, ਸਾਰਾ ਦੇਸ਼ ਇਸੇ ਕਾਨੂੰਨ ਸੰਵਿਧਾਨ ਨਾਲ ਚੱਲਦਾ ਨਾ। ਉਹੀ ਗੱਲ ਹਰ ਜਗ੍ਹਾ ਲਾਗੂ ਆ, ਉਹੀ ਕੋਰਟ 'ਚ ਲਾਗੂ, ਉਹੀ ਕਚਹਿਰੀ 'ਚ ਲਾਗੂ ਆ, ਉਹੀ ਵਿਧਾਨ ਸਭਾ 'ਚ, ਉਹੀ ਪਾਰਲੀਮੈਂਟ 'ਚ। ਉਹਨਾਂ ਨੇ ਇਹ ਗੱਲ ਕਹੀ ਵੀ ਭਾਈ, ਅਮਿਤ ਸ਼ਾਹ ਨੇ ਇੱਕ ਗੱਲ ਕਹੀ ਵੀ ਕੋਈ ਬੰਦਾ ਹੋਵੇ, ਉਹਨਾਂ ਨੌਂ ਤਾਂ ਲਿਆ ਨਹੀਂ ਨਾ ਕਿਸੇ ਦਾ। ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਨੂੰ ਸਜ਼ਾ ਹੋ ਗਈ, ਸੁਪਰੀਮ ਕੋਰਟ ਨੇ ਸਜ਼ਾ ਕਰਤੀ ਕਿਸੇ ਨੂੰ ਵੀ, ਚਾਹੇ ਉਹ ਕਤਲ 'ਚ ਕੀਤੀ ਹੋਵੇ, ਚਾਹੇ ਉਹ ਰੇਪ 'ਚ ਕੀਤੀ ਹੋਵੇ, ਕੁਛ ਵੀ ਆ, ਸਜ਼ਾ ਹੋ ਗਈ, ਅਤੇ ਹੁਣ ਉਹ ਤੋਂ ਮਾਫ਼ੀ ਚਾਹੁੰਦਾ ਏ। ਕੋਈ ਵੀ ਬੰਦਾ ਨਾ ਚਾਹੁੰਦਾ ਹੋਵੇ ਅਲੱਗ ਗੱਲ ਆ, ਜੇ ਉਹ ਮਾਫ਼ੀ ਚਾਹੁੰਦਾ ਏ ਵੀ ਮੈਂ ਰਾਸ਼ਟਰਪਤੀ ਦੇ ਅਪੀਲ ਕਰਾਂ ਵੀ ਮੈਨੂੰ ਮਾਫ਼ ਕਰ ਦਿੱਤਾ ਜਾਵੇ, ਵੀ ਫਿਰ ਉਹ ਬੰਦੇ ਨੂੰ ਉਹਨ ਅਪੀਲ ਆਪ ਪਾਉਣੀ ਪਊ ਨਾ। ਕਾਨੂੰਨ 'ਚ ਇਹ ਆ ਵੀ ਉਹ ਆਪ ਪਾਊਗਾ ਜਾਂ ਉਹਦੇ ਵਕੀਲ ਜਾਂ ਉਹਦਾ ਪਰਿਵਾਰ, ਇੰਨੀ ਗੱਲ ਆ। ਇਹ ਕਹਿੰਦੇ ਅਸੀਂ ਐਸ ਜੀ ਪੀ ਸੀ ਵਾਲਿਆਂ ਤੋਂ ਪਵਾਈ ਹੋਈ ਆ, ਉਹ ਕਹਿੰਦੇ ਅਸੀਂ ਇਹ ਕਾਨੂੰਨ 'ਚ ਮੰਨਣਾ ਹੀ ਕੋਈ ਨਹੀਂ ਗਾ। ਹੁਣ ਜੇ ਰਾਜੋਆਣਾ ਇਹ ਗੱਲ ਕਹਿ ਦੇਵੇ, ਸਾਤੋਂ ਮਾਫ਼ੀ ਨਾ ਮੰਗੇ, ਅਸੀਂ ਨਹੀਂ ਕਚਾਉਂਦੇ ਕਦੇ ਸਾਤੋਂ, ਸਾਡੇ ਤਾਂ 17-16 ਪਰਿਵਾਰ ਅਸੀਂ ਤਾਂ ਕੱਟ ਲਏ ਜੋ ਦਿਨ, ਸਾਨੂੰ ਪਤਾ ਸੀ ਕਿਵੇਂ ਕੱਟੇ ਆ ਬੱਚਿਆਂ ਨੇ, ਕਿਵੇਂ ਉਹਨਾਂ ਦੇ ਜਿਹੜੇ 15-16 ਜਾਣੇ ਸੀ, ਕਿਵੇਂ ਇੱਕ ਦੂਜੇ ਨਾਲ ਅਸੀਂ ਮਤਲਬ ਮੋਢੇ ਨਾਲ ਮੋਢਾ ਲਾ ਕੇ ਪਹੁੰਚੇ ਹਾਂ, ਬੱਚੇ ਜਿਨ੍ਹਾਂ ਦੇ ਛੋਟੇ ਛੋਟੇ ਬਿਲਕ ਦੇ ਗੋਦੀਆਂ 'ਚ ਛੱਡ ਗਏ ਮਾਵਾਂ ਦੇ। ਹੁਣ ਗੱਲ ਇਹ ਹੈ, ਉਹ ਇਹ ਕਹਿ ਦੇਵੇ ਮੈਂ ਕਾਨੂੰਨ ਨੂੰ ਮੰਨਦਾ ਹੈ ਬਈ, ਮੈਂ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਹੈ, ਫਿਰ ਰਾਸ਼ਟਰਪਤੀ ਦੇਖ ਲੈਣਗੇ ਵੀ ਉਹਨੂੰ ਛੱਡਣਾ ਜਾਂ ਨਹੀਂ ਛੱਡਣਾ। ਹਜੇ ਤਾਂ ਇਸ ਗੱਲ 'ਤੇ ਗੱਲ ਹੀ ਨਹੀਂ ਨਾ ਹੋ ਰਹੀ। ਆਪਾਂ ਇਸ ਦੇਸ਼ 'ਚ ਸਾਰੇ ਰਹਿੰਦੇ ਹਾਂ, ਆਪਾਂ ਕਿਸੇ ਕਾਨੂੰਨ ਨੂੰ ਮੰਨਦੇ ਹਾਂ ਨਾ, ਕਿਸੇ ਸੰਵਿਧਾਨ ਨੂੰ ਮੰਨਦੇ ਹਾਂ, ਚਾਹੇ ਉਹ ਪੰਜਾਬ 'ਚ ਰਹਿੰਦੇ ਹੋਵੇ, ਚਾਹੇ ਚੰਡੀਗੜ੍ਹ ਰਹਿੰਦਾ ਹੋਵੇ, ਚਾਹੇ ਦਿੱਲੀ ਰਹਿੰਦਾ ਹੋਵੇ, ਸਾਰਾ ਦੇਸ਼ ਇਸੇ ਕਾਨੂੰਨ ਸੰਵਿਧਾਨ ਨਾਲ ਚੱਲਦਾ ਨਾ। ਉਹੀ ਗੱਲ ਹਰ ਜਗ੍ਹਾ ਲਾਗੂ ਆ, ਉਹੀ ਕੋਰਟ 'ਚ ਲਾਗੂ, ਉਹੀ ਕਚਹਿਰੀ 'ਚ ਲਾਗੂ ਆ, ਉਹੀ ਵਿਧਾਨ ਸਭਾ 'ਚ, ਉਹੀ ਪਾਰਲੀਮੈਂਟ 'ਚ। ਉਹਨਾਂ ਨੇ ਇਹ ਗੱਲ ਕਹੀ ਵੀ ਭਾਈ, ਅਮਿਤ ਸ਼ਾਹ ਨੇ ਇੱਕ ਗੱਲ ਕਹੀ ਵੀ ਕੋਈ ਬੰਦਾ ਹੋਵੇ, ਉਹਨਾਂ ਨੌਂ ਤਾਂ ਲਿਆ ਨਹੀਂ ਨਾ ਕਿਸੇ ਦਾ। ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਨੂੰ ਸਜ਼ਾ ਹੋ ਗਈ, ਸੁਪਰੀਮ ਕੋਰਟ ਨੇ ਸਜ਼ਾ ਕਰਤੀ ਕਿਸੇ ਨੂੰ ਵੀ, ਚਾਹੇ ਉਹ ਕਤਲ 'ਚ ਕੀਤੀ ਹੋਵੇ, ਚਾਹੇ ਉਹ ਰੇਪ 'ਚ ਕੀਤੀ ਹੋਵੇ, ਕੁਛ ਵੀ ਆ, ਸਜ਼ਾ ਹੋ ਗਈ, ਅਤੇ ਹੁਣ ਉਹ ਤੋਂ ਮਾਫ਼ੀ ਚਾਹੁੰਦਾ ਏ। ਕੋਈ ਵੀ ਬੰਦਾ ਨਾ ਚਾਹੁੰਦਾ ਹੋਵੇ ਅਲੱਗ ਗੱਲ ਆ, ਜੇ ਉਹ ਮਾਫ਼ੀ ਚਾਹੁੰਦਾ ਏ ਵੀ ਮੈਂ ਰਾਸ਼ਟਰਪਤੀ ਦੇ ਅਪੀਲ ਕਰਾਂ ਵੀ ਮੈਨੂੰ ਮਾਫ਼ ਕਰ ਦਿੱਤਾ ਜਾਵੇ, ਵੀ ਫਿਰ ਉਹ ਬੰਦੇ ਨੂੰ ਉਹਨ ਅਪੀਲ ਆਪ ਪਾਉਣੀ ਪਊ ਨਾ। ਕਾਨੂੰਨ 'ਚ ਇਹ ਆ ਵੀ ਉਹ ਆਪ ਪਾਊਗਾ ਜਾਂ ਉਹਦੇ ਵਕੀਲ ਜਾਂ ਉਹਦਾ ਪਰਿਵਾਰ, ਇੰਨੀ ਗੱਲ ਆ।
ਇਹ ਕਹਿੰਦੇ ਅਸੀਂ ਐਸ ਜੀ ਪੀ ਸੀ ਵਾਲਿਆਂ ਤੋਂ ਪਵਾਈ ਹੋਈ ਆ, ਉਹ ਕਹਿੰਦੇ ਅਸੀਂ ਇਹ ਕਾਨੂੰਨ 'ਚ ਮੰਨਣਾ ਹੀ ਕੋਈ ਨਹੀਂ ਗਾ। ਹੁਣ ਜੇ ਰਾਜੋਆਣਾ ਇਹ ਗੱਲ ਕਹਿ ਦੇਵੇ, ਸਾਤੋਂ ਮਾਫ਼ੀ ਨਾ ਮੰਗੇ, ਅਸੀਂ ਨਹੀਂ ਕਚਾਉਂਦੇ ਕਦੇ ਸਾਤੋਂ, ਸਾਡੇ ਤਾਂ 17-16 ਪਰਿਵਾਰ ਅਸੀਂ ਤਾਂ ਕੱਟ ਲਏ ਜੋ ਦਿਨ, ਸਾਨੂੰ ਪਤਾ ਸੀ ਕਿਵੇਂ ਕੱਟੇ ਆ ਬੱਚਿਆਂ ਨੇ, ਕਿਵੇਂ ਉਹਨਾਂ ਦੇ ਜਿਹੜੇ 15-16 ਜਾਣੇ ਸੀ ਕਿਵੇਂ ਇੱਕ ਦੂਜੇ ਨਾਲ ਅਸੀਂ ਮਤਲਬ ਮੋਢੇ ਨਾਲ ਮੋਢਾ ਲਾ ਕੇ ਪਹੁੰਚੇ ਹਾਂ, ਬੱਚੇ ਜਿਨ੍ਹਾਂ ਦੇ ਛੋਟੇ ਛੋਟੇ ਬਿਲਕ ਦੇ ਗੋਦੀਆਂ 'ਚ ਛੱਡ ਗਏ ਮਾਵਾਂ ਦੇ। ਹੁਣ ਗੱਲ ਇਹ ਹੈ ਉਹ ਇਹ ਕਹਿ ਦੇਵੇ ਮੈਂ ਕਾਨੂੰਨ ਨੂੰ ਮੰਨਦਾ ਹੈ ਵੀ, ਮੈਂ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਹੈ, ਫਿਰ ਰਾਸ਼ਟਰਪਤੀ ਦੇਖ ਲੈਣਗੇ ਵੀ ਉਹਨੂੰ ਛੱਡਣਾ ਜਾਂ ਨਹੀਂ ਛੱਡਣਾ। ਹਜੇ ਤਾਂ ਇਸ ਗੱਲ 'ਤੇ ਗੱਲ ਹੀ ਨਹੀਂ ਨਾ ਹੋ ਰਹੀ।